ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ। ਦੋਸਤੋ, ਜ਼ਿੰਦਗੀ ਦੇ ਵਿੱਚ ਪੈਸਾ ਅੱਜ ਇੰਨਾ ਜ਼ਿਆਦਾ ਅਹਿਮ ਸਥਾਨ ਬਣਾ ਚੁੱਕਾ ਹੈ ਕਿ ਇਸ ਪੈਸੇ ਦੀ ਆੜ ਦੇ ਵਿੱਚ ਨਾ ਤਾਂ ਕੋਈ ਆਪਣਾ ਨਜ਼ਰ ਆਉਂਦਾ ਅਤੇ ਨਾ ਹੀ ਕੋਈ ਪਰਾਇਆ ਨਜ਼ਰ ਆਉਂਦਾ ਹੈ। ਮਾਂ ਬਾਪ ਬੱਚਿਆਂ ਲਈ ਕੋਈ ਵੀ ਚੀਜ਼ ਕਰਦੇ ਆ, ਉਹਨਾਂ ਵਿੱਚ ਬੱਚਿਆਂ ਦਾ ਹੱਕ ਸਭ ਤੋਂ ਪਹਿਲਾਂ ਹੁੰਦਾ ਹੈ, ਔਰ ਕਈ ਵਾਰੀ ਬੱਚੇ ਹੀ ਉਹਨਾਂ ਦੀ ਮੁਸੀਬਤ ਬਣ ਕੇ ਆੜੇ ਆ ਜਾਂਦੇ ਨੇ। ਅਜਿਹੀ ਖਬਰ ਹੈ ਸੰਗਰੂਰ ਤੋਂ, ਜਿੱਥੇ ਕਿ ਮਤਲਬ ਲੋਕਾਂ ਨੇ ਪ੍ਰੋਟੈਸਟ ਕੀਤਾ ਇੱਕ ਡੈੱਡ ਬਾਡੀ ਨੂੰ ਰੱਖ ਕੇ ਸੜਕ ਦੇ ਵਿੱਚ, ਕਿਉਂਕਿ ਡਾਕਟਰ ਮੰਗ ਰਿਹਾ ਸੀ 50,000 ਰੁਪਈਆ ਫੀਸ। ਅਸਲ ਵਿੱਚ ਉਹ ਕਿਉਂ ਮੰਗ ਰਿਹਾ ਸੀ, ਕਿਉਂ ਉਹਨਾਂ ਨੂੰ ਪ੍ਰੋਟੈਸਟ ਕਰਨਾ ਪਿਆ, ਇਹ ਪੂਰੀ ਖਬਰ ਕੀ ਹੈ? ਇਹ ਡੈੱਡ ਬਾਡੀ ਜਿਹੜੀ ਹੈ, ਇਹ ਕੀ ਮਤਲਬ ਪਹਿਲਾਂ ਹੀ ਮਰਿਆ ਹੋਇਆ ਸੀ ਜਾਂ ਹੋਸਪਿਟਲ ਵਿੱਚ ਆ ਕੇ ਇਸਨੇ ਦਮ ਤੋੜਿਆ? ਇਹ ਪੂਰੀ ਖਬਰ ਕੀ ਹੈ? ਪੂਰੀ ਖਬਰ ਦੇਣ ਵਾਸਤੇ ਜਗਤਾਰ ਬਾਬਾ ਜੀ ਸੰਗਰੂਰ ਤੋਂ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਬਾਬਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਹਾਂਜੀ ਸੋਮ ਜੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਇਹ ਘਟਨਾ ਹੈਗੀ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਲਾਰ ਖੁਰਦ ਦੀ ਹੈ, ਤੇ ਉਹ ਸੁਖਦੇਵ ਕੌਰ ਨਾਮ ਦੀ 50 ਸਾਲਾਂ ਦੀ ਜਿਹੜੀ ਔਰਤ ਸੀ, ਆਪਣੇ ਭਾਣਜੇ ਨਾਲ ਡਾਕਟਰ ਕਸ਼ਮੀਰੀ ਦੇ ਕੋਈ ਸਕਿੰਨ ਦੀ ਪ੍ਰੋਬਲਮ ਹੈਗੀ ਸੀ, ਉਹਨਾਂ ਨੂੰ ਸਕਿੰਨ ਦੀ ਦਵਾ ਲੈਣ ਗਈ ਸੀ। ਉਸ ਤੋਂ ਪਹਿਲਾਂ 15 ਦਿਨ ਪਹਿਲਾਂ ਵੀ ਲੈ ਕੇ ਗਏ ਸੀ ਜੀ, ਤੇ ਉਹਨਾਂ ਨੇ ਦੁਬਾਰਾ 15 ਦਿਨਾਂ ਬਾਅਦ ਬੁਲਾਇਆ ਸੀ, ਤੇ ਉਹ ਜਾ ਕੇ ਹੋ ਸਕਦਾ ਵੀ ਡਾਕਟਰ ਦੇ ਮਨ ਦੇ ਵਿੱਚ ਕੋਈ ਲਾਲਚ ਆ ਗਿਆ ਜਾਂ ਕਿਵੇਂ ਵੀ ਮੇਰਾ ਤਾਂ 500-700 ਰੁਪਇਆ ਬਿੱਲ ਬਣੂਗਾ, ਕਿਉਂ ਨਾ ਇਹਨਾਂ ਤੋਂ ਵੀ ਪਾਰਟੀ ਤਕੜੀਏ ਕਿ ਵੀ ਜ਼ਿਆਦਾ ਪੈਸੇ ਹੰਕੇ ਜਾਣ ਜੀ। ਤੇ ਇਸ ਤਰ੍ਹਾਂ ਕੋਈ ਇੰਜੈਕਸ਼ਨ ਗਲਤ ਲਗਾ ਤਾ ਬੇਹੋਸ਼ੀ ਵਾਲਾ ਵੀ, ਜਿਹਦੇ ਨਾਲ ਬੇਹੋਸ਼ ਹੋ ਗਈ, ਉਹਨਾਂ ਨੂੰ ਜਾ ਕੇ ਫਟਾਫਟ ਕਹਿਤਾ ਵੀ ਅਟੈਕ ਹੋ ਗਿਆ ਜੀ, ਫਲਾਣਾ ਹੋ ਗਿਆ ਜੀ। ਉਹ ਕਹਿੰਦੇ ਵੀ ਇਸ ਤਰ੍ਹਾਂ ਕਿਵੇਂ ਅਟੈਕ ਹੋ ਗਿਆ, ਆਈ ਤਾਂ ਸਕਿੰਨ ਦੀ ਪ੍ਰੋਬਲਮ ਹੈ ਚੰਗੀ ਭਲੀ, ਜਦਕਿ ਉਹਦੇ ਡਾਕਟਰ ਦੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ, ਸਾਰਾ ਕੁਛ ਜੀ ਉਹ ਵੀ ਦੇਖੇ ਜਾਣਗੇ। ਪਰ ਜਦੋਂ ਫਟਾਫਟ ਲਿਜਾ ਕੇ ਉਹਨੇ ਆਪਦੇ ਬੇਟੇ ਦੇ ਜੋ ਕਿ ਹਾਰਟ ਸੈਂਟਰ ਕੇਅਰ ਸੈਂਟਰ ਖੋਲਿਆ ਹੋਇਆ, ਉਹਨੇ ਤੇ ਉਹਨੇ ਇੰਨੀ ਜ਼ਿਆਦਾ ਲੁੱਟ ਮਚਾਈ ਹੋਈ ਹੈ ਵੀ ਜੇ ਨੋਰਮਲ ਵੀ ਕੋਈ ਦਵਾਈ ਲੈਣ ਵਗ ਜੇ ਤਾਂ ਉਹ ਪਰਿਵਾਰ ਨੂੰ ਇੰਨਾ ਕੁ ਡਰਾ ਦਿੰਦਾ ਹੈਗਾ ਵੀ ਘੱਟੋ ਘੱਟ 50,000-40,000 3-3-4-4 ਲੱਖ ਰੁਪਏ ਤੱਕ ਦਾ ਵੀ ਬਿੱਲ ਬਣਾ ਦਿੰਦਾ ਹੈ ਜੀ। ਇੱਕ ਵਾਰੀ ਤਾਂ ਉਹ ਜਦੋਂ ਵੀ ਕੋਈ ਮਰੀਜ਼ ਆਉਂਦਾ ਹੈਗਾ, ਉਹ ਮਰੀਜ਼ ਨੂੰ ICU ਚ ਲਾ ਕੇ ਪਰਿਜਨਾਂ ਨੂੰ ਕਹਿੰਦਾ ਹੈਗਾ ਵੀ ਬਾਈ ਜੀ, ਤੁਹਾਡੇ ਮਰੀਜ਼ ਦੀ ਜਿਹੜੀ ਸਥਿਤੀ ਹੈਗੀ ਬਹੁਤ ਖਰਾਬ ਹੈ, ਬਹੁਤ ਵਧੀਆ ਰਹੇ ਤੁਸੀਂ ਲੈ ਆਏ, ਜੇ 10 ਮਿੰਟ ਲੇਟ ਹੋ ਜਾਂਦੇ ਤਾਂ ਕੁਛ ਨੀ ਬਚਣਾ ਸੀ ਜੀ। ਉਹ ਇੰਨਾ ਕੁ ਡਰਾ ਦਿੰਦਾ ਜੀ, ਅਗਲਾ ICU ਚ ਰਖਾਉਣ ਲਈ ਮਜਬੂਰ ਹੋ ਜਾਂਦਾ ਹੈ। ICU ਦਾ ਜਿਹੜਾ ਰੇਟ ਹੈਗਾ ਬਹੁਤ ਜ਼ਿਆਦਾ ਜੀ, ਤੇ 10-15 ਦਿਨ ਰੱਖ ਕੇ ਜਦੋਂ ਅਗਲਾ ਬਿੱਲ ਦੇਖਦਾ ਹੈਗਾ ਵੀ ਪੁੱਛਦਾ ਹੈਗਾ ਵੀ ਕਿੰਨਾ ਹੋ ਗਿਆ, ਤਾਂ ਜਿਹੜੇ ਗਰੀਬ ਲੋਕ ਨੇ ਉਹਨਾਂ ਦੀਆਂ ਤਾਂ ਚੀਕਾਂ ਨਿਕਲ ਜਾਂਦੀਆਂ ਨੇ ਉਸ ਸਮੇਂ। ਬਿਲਕੁਲ, ਤੇ ਉਹ ਆਪਦਾ ਉਹਨਾਂ ਚਿਰ ਹੋਰ ਪੇਸ਼ੈਂਟ ਨੂੰ ਛੁੱਟੀ ਨੀ ਦਿੰਦਾ ਹੈਗਾ ਜਿੰਨਾ ਚਿਰ ਉਹਨਾਂ ਦੀ ਫੁੱਲ ਪੇਮੈਂਟ ਨੀ ਕੋਈ ਕਰਕੇ ਜਾਂਦਾ ਜੀ। ਇਸ ਦਿਨ ਵੀ ਜਦੋਂ ਇਹਨਾਂ ਨੇ ਉੱਥੇ ਹਾਰਟ ਸੈਂਟਰ ਦੇ ਵਿੱਚ ਲਿਆਂਦਾ ਆਪਣਾ ਮਰੀਜ਼, 5 ਮਿੰਟਾਂ ਦੇ ਵਿੱਚ ਹੀ ਆ ਕੇ ਉਹਨੇ ਕਹਿਤਾ ਵੀ ਤੁਹਾਡੇ ਜਿਹੜੇ ਮਰੀਜ਼ ਦੀ ਵੀ ਡੈਥ ਹੋ ਗਈ। ਉਹ ਕਹਿੰਦੇ ਵੀ ਇਸ ਤਰ੍ਹਾਂ ਕਿਵੇਂ ਡੈਥ ਹੋ ਗਈ, ਵੀ ਡਾਕਟਰ ਸਾਹਿਬ ਤੁਸੀਂ ਮਾੜਾ ਜਿਹਾ ਚੰਗੀ ਤਰ੍ਹਾਂ ਦੇਖੋ ਜੀ। ਤੇ ਕਹਿੰਦੇ ਨਹੀਂ, ਚਲੋ ਬਾਅਦ ਵਿੱਚ ਕਹਿੰਦਾ ਵੀ ਸਾਨੂੰ ਡੈੱਡ ਬਾਡੀ ਦਿਓ। ਡੈੱਡ ਬਾਡੀ ਕਹਿੰਦਾ ਜੀ ਪਹਿਲਾਂ 50,000 ਰੁਪਇਆ ਭਰੋ। ਬਿਲਕੁਲ, ਦੇਖੋ ਜੀ ਇੱਕ ਪਾਸੇ ਦਾ ਉਹ ਕਹਿ ਰਿਹਾ ਵੀ ਮੇਰੇ ਜਦੋਂ ਉਹਦੇ ਹਸਪਤਾਲ ਚ ਆਈ ਹੈਗੀ ਵੀ ਉਹਦੀ ਮੌਤ ਹੋ ਚੁੱਕੀ ਸੀ, ਦੂਜੇ ਪਾਸੇ ਫਿਰ 50,000 ਦਾ ਬਿੱਲ ਉਹਨਾਂ ਦਾ ਕਾਹਦਾ ਬਣ ਗਿਆ। ਬਿਲਕੁਲ, ਉਹ ਵੀ ਸਿਰਫ 5 ਮਿੰਟਾਂ ਚ। ਬਿਲਕੁਲ, ਤੇ ਜਦੋਂ ਉਹਨਾਂ ਨੇ ਆਪਣੇ ਪਿੰਡ ਵਾਲਿਆਂ ਨੂੰ ਬੁਲਾ ਕੇ ਉੱਥੇ ਡੈੱਡ ਬਾਡੀ ਹਸਪਤਾਲ ਦੇ ਮੂਹਰੇ ਰੱਖ ਕੇ ਧਰਨਾ ਲਾਇਆ,
ਰੋਸ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਪਹੁੰਚੀ ਮੌਕੇ ਤੇ। ਪੁਲਿਸ ਪੁਲਸੀਏ ਨੇ ਕਿਸੇ ਪੁਲਿਸ ਆਫਿਸਰ ਨਾਲ ਗੱਲਬਾਤ ਕੀਤੀ? ਹਾਂਜੀ ਬਿਲਕੁਲ ਗੱਲਬਾਤ ਕੀਤੀ ਸੀ ਜੀ ਪੁਲਿਸ ਅਫਸਰ ਨਾਲ, ਪਰ ਪੁਲਿਸ ਅਫਸਰ ਜਿਹੜਾ ਨਿਰਪਾਲ ਸਿੰਘ ਨੇ SHO ਸਿਟੀ ਸੁਨਾਮ ਦੇ, ਉਹ ਕੈਮਰੇ ਅੱਗੋਂ ਤਾਂ ਕਹਿੰਦੇ ਵੀ ਅਸੀਂ ਕੁਛ ਨਹੀਂ ਬੋਲ ਸਕਦੇ, ਪਰ ਅਸੀਂ ਆਫ ਦਾ ਕਾਰਡ ਅਸੀਂ ਤੁਹਾਨੂੰ ਜਾਣਕਾਰੀ ਦੇ ਸਕਦੇ ਹਾਂ। ਤੇ ਜੋ ਉਹਨਾਂ ਨੇ ਕੁਛ ਜਾਣਕਾਰੀ ਸਾਨੂੰ ਆਫ ਦਾ ਕਾਰਡ ਦਿੱਤੀ ਵੀ, ਲੇਕਿਨ ਕੈਮਰੇ ਤੋਂ ਬਚ ਲਿਆ ਜਿਹਦੇ ਵਿੱਚ ਕਿ ਲੱਗਦਾ ਸੀ ਵੀ ਦਾਲ ਚ ਕੁਛ ਕਾਲਾ ਹੈਗਾ, ਇਹ ਡਾਕਟਰ ਦਾ ਜਿਹੜਾ ਪੱਖ ਪੂਰਦਾ ਨਜ਼ਰ ਆ ਰਿਹਾ ਸੀ। ਪਰ ਇੱਕ ਸੋਮ ਜੀ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ, ਜਦੋਂ ਉੱਥੇ ਕੀ ਗੱਲ ਹੋਈ, ਜਿਵੇਂ ਇੱਕ ਸਿਆਣੇ ਨੇ ਕਹਾਵਤ ਕਹੀ ਹੈਗੀ, ਕਹਿੰਦਾ ਨਾ ਬਾਪ ਬੜਾ ਨਾ ਭਈਆ, ਸਭ ਤੋਂ ਬੜਾ ਰੁਪਈਆ। ਬਿਲਕੁਲ, ਤੇ ਉੱਥੇ ਕੀ ਹੋਇਆ ਜੀ, ਜਦੋਂ ਪੁਲਿਸ ਆਇਆ ਸੀ ਤਾਂ ਕਹਿੰਦਾ ਜੀ ਇਹ ਤਾਂ ਜੀ ਪਹਿਲੇ ਹੀ ਡੈਡ ਹੋਈ ਪਈ ਸੀ। ਉਹ ਜਿਹੜੇ ਉਹਦੇ ਪਰਿਜਨ ਸੀ ਮ੍ਰਿਤਕ ਦੇ, ਉਹ ਕਹਿੰਦੇ ਫਿਰ ਜੇ ਡੈਡ ਹੋਈ ਪਈ ਸੀ ਫਿਰ ਇਹਦਾ ਮਤਲਬ ਵੀ ਤੇਰੇ ਪਿਤਾ ਨੇ ਮਾਰੀ ਹੈ। ਕਹਿੰਦਾ ਜੀ ਬਿਲਕੁਲ ਹੋ ਸਕਦਾ ਵੀ ਫਿਰ ਮੇਰੇ ਪਿਤਾ ਤੇ ਪਰਚਾ ਦਰਜ ਕਰਾ ਦੋ, ਮਤਲਬ ਆਪ ਬਚਨ ਦੀ ਖਾਤਰ ਪਿਤਾ ਨੂੰ ਮੋਹਰੀ ਬਣਾ ਲਿਆ। ਹਾਂਜੀ ਹਾਂ, ਫਿਰ ਉਹਨਾਂ ਨੇ ਚਲੋ ਬਿਆਨ ਲਿਖਾਇਆ ਜਿਵੇਂ ਵੀ ਡਾਕਟਰ ਮੁੱਕਰਿਆ ਆਪਣੇ, ਉਸ ਤੋਂ ਵੀ ਜੇ ਉਹ ਡੈਡ ਬੋਡੀ ਆਈ ਸੀ ਤਾਂ ਉਹਨਾਂ ਨੇ 50,000 ਬਿੱਲ ਕਾਹਦਾ ਬਣਾਇਆ। ਬਿਲਕੁਲ, ਤੇ ਜੇ ਉਹਨਾਂ ਨੇ ਪਿਤਾ ਨੇ ਤਾਂ ਪਿਤਾ ਦਾ ਨਾਮ ਕਿਉਂ ਰੱਖਿਆ? ਬਾਬਾ ਜੀ ਬਹੁਤ ਸਾਰੇ ਸਵਾਲ ਹੈ, ਬਹੁਤ ਸਾਰੇ ਸਵਾਲ ਹੈ। ਔਰ ਜੇ ਮਤਲਬ ਡੈਡ ਬੋਡੀ ਸੀ ਤਾਂ 50,000 ਕਾਹਦਾ ਮੰਗਿਆ? ਔਰ ਪਿਤਾ ਨੇ ਤਾਂ ਸੋਚਿਆ ਸੀ ਕਿ ਚਲੋ 4 ਪੈਸੇ ਮੇਰੇ ਮਤਲਬ ਬੱਚੇ ਦੇ ਬਣ ਗਏ, ਉਲਟਾ ਉਹਦੇ ਗਲ ਹੀ ਫਾਂਸੀ ਦਾ ਰੱਸਾ ਪੈ ਗਿਆ। ਜਿਨ੍ਹਾਂ ਜਿਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੁਸੀਂ ਵੀ ਸੁਣ ਸਕਦੇ ਹੋ। ਮੇਰਾ ਨਾਮ ਪਵਿੱਤਰ ਸਿੰਘ ਹੈ ਜੀ। ਕਿਹੜਾ ਪਿੰਡ ਹੈ? ਪਿੰਡ ਕਲਾਰ ਖੁਰਦ ਦਾ ਰਹਿਣ ਵਾਲਾ। ਕੀ ਹੋਇਆ ਸੀ ਜੀ ਜਿਹੜਾ ਡਾਕਟਰ ਕਸ਼ਮੀਰੀ ਦੇ ਤੁਸੀਂ? ਮੇਰੀ ਮਾਸੀ ਜੀ ਸੀ ਜੀ, ਔਰ ਉਹਨੂੰ ਚਮੜੀ ਦਾ ਕੋਈ ਪ੍ਰੋਬਲਮ ਦੀ ਹੱਥਾਂ ਪੈਰਾਂ ਦੀ, ਉਹ ਕਸ਼ਮੀਰੀ ਡਾਕਟਰ ਦੇ ਦਵਾਈ ਚੱਲਦੀ ਹੋਈ ਤਾਂ 15 ਤੋਂ 20 ਦਿਨ ਪਹਿਲਾਂ ਦੀ, ਉਹ ਮੇਰੀ ਮਾਸੀ ਦੇ ਦੂਜੇ ਬੇਟੇ ਨੂੰ ਨਾਲ ਲੈ ਕੇ ਦਵਾਈ ਲੈਣ ਗਈ ਸੀ। ਉੱਥੇ ਜੋ ਦਵਾਈ ਲੈਣ ਉਪਰੰਤ ਡਾਕਟਰ ਨੇ ਉਹਦੇ ਟੀਕਾ ਲਗਾ ਤਾ, ਟੀਕਾ ਐਸਾ ਗਲਤ ਲੱਗਿਆ ਜੀ, ਉਹਦੀ 1 ਮਿੰਟ ਜੀ ਬੇਹੋਸ ਹੋ ਗਈ। ਬੇਹੋਸ ਉਹ ਮੇਰੀ ਮਾਸੀ ਦੇ ਮੁੰਡੇ ਨੂੰ ਵੀ ਨਹੀਂ ਦੱਸਿਆ ਜਿਹੜਾ ਉਹਦੇ ਨਾਲ ਗਿਆ ਸੀਗਾ, ਅਸੀਂ ਉਠਾ ਕੇ ਲੈ ਆਏ ਉੱਥੋਂ ਆਪਣੇ ਬੇਟਾ ਜਿਹੜਾ ਉਰਾਂ ਹਾਰਟ ਸੈਂਟਰ ਬਣਾਇਆ ਹੋਇਆ ਕਸ਼ਮੀਰੀ ਹਾਰਟ ਸੈਂਟਰ, ਉੱਥੇ ਆ ਕੇ ਦਾਖਲ ਕਰਵਾ ਦੀ। ਉਸ ਤੋਂ ਬਾਅਦ 2 ਮਿੰਟਾਂ ਬਾਅਦ ਇਹ ਸਾਨੂੰ ਕਹਿੰਦੇ ਨੇ ਵੀ ਉਹਦਾ ਡੈਡਾ ਵੀ ਧੱਕੇ ਉਰੇ ਦਸਖਤ ਕਰੋ, ਅੰਗੂਠੇ ਲਾਓ, ਸਾਡਾ ਕੋਈ ਉਹ ਨਹੀਂ। ਪਰ ਸਾਨੂੰ ਐਂ ਆ ਵੀ ਉਹਨਾਂ ਨੇ ਗਲਤ ਟੀਕਾ ਲਾਇਆ, ਤਾਂ ਗਲਤ ਟੀਕਾ ਲੱਗਣ ਨਾਲੇ ਸਾਡੀ ਮਾਤਾ ਦੀ ਮੌਤ ਹੋਈ ਆ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਇਹ ਡਾਕਟਰ 'ਤੇ ਕਾਰਵਾਈ ਬਣਦੀ ਆ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ।